ਸਭ ਤੋਂ ਵੱਡਾ ਚੈਲੰਜ ਪੁਲਿਸ ਲਈ ਕੀ ਬਣਿਆ ਹੋਇਆ ਕਿ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਦੀ ਪਛਾਣ ਨਹੀਂ ਹੋ ਰਹੀ ਇਸੇ ਕਰਕੇ ਤਾਂ ਲਿੰਕ ਬਾਕੀ ਇੰਡਸਟਰੀਆਂ ਨਾਲ ਵੀ ਜੋੜਿਆ ਜਾ ਰਿਹਾ ਕਿਤੇ ਕਿਸੇ ਨੇ ਬੈਠੇ ਬਿਠਾਏ ਨੇ ਵਿੱਕੀ ਦਾ ਕਤਲ ਤਾਂ ਨਹੀਂ ਕਰਵਾਤਾ ਔਰ ਬਹੁਤੇ ਲੋਕ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਕੇ ਕਹਿ ਰਹੇ ਨੇ ਉਹ ਜੱਸਨਾ ਨਾਲ ਸਾਡੀ ਗੱਲ ਹੋਈ ਕਿ ਉਹ ਪੰਜਾਬੀ ਨਹੀਂ ਲੱਗਦੇ ਬਾਡੀ ਲੈਂਗੁਏਜ ਤੋਂ ਦੇਖਣ ਕੀ ਕਿਤੇ ਕੋਈ ਇਹ ਐਂਗਲ ਤਾਂ ਨਹੀਂ ਜੁੜਦਾ ਕਿਤੇ ਚੰਡੀਗੜ੍ਹ ਦੀ ਕਿਸੇ ਵੱਡੀ ਬਿਲਡਿੰਗ ਦੀ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਬਿਲਡਿੰਗ ਚੋਂ ਤਾਂ ਨਹੀਂ ਕੋਈ ਬੰਦਾ ਨਿਕਲੇ ਆਏਗਾ ਜਿਨੇ ਰੰਜਿਸ਼ ਚੋਂ ਇਸ ਤਰੀਕੇ ਨਾਲ ਕੋਈ ਚੀਜ਼ ਕਰਵਾਤੀ ਹੋਵੇ ਗਾਇਕਾਂ ਦੇ ਨਾਲ ਜੇ ਮੈਂ ਕਹਿ ਰਿਹਾ ਸਿਰਫ ਗਾਇਕ ਇੰਡਸਟਰੀ ਨਹੀਂ ਜੁੜੀ ਹੋਈ ਸਿਰਫ ਸਿੰਗਿੰਗ ਇੰਡਸਟਰੀ ਨਹੀਂ ਆ ਬਹੁਤ ਸਾਰੀਆਂ ਇੰਡਸਟਰੀਆਂ ਨੇ ਇੰਡਸਟਰੀਆਂ ਦਾ ਜ਼ਿਕਰ ਹੋ ਸਕਦਾ ਉਹਨਾਂ ਵਾਲੇ ਸਮੇਂ ਚੋਵੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਅੰਦਰ ਅਗਰ ਚੀਜ਼ਾਂ ਹੁੰਦੀਆਂ ਨੇ ਬਹੁਤ ਸਾਰੀਆਂ ਇੰਡਸਟਰੀਆਂ ਉਹਨਾਂ ਨਾਲ ਜੁੜ ਚੁੱਕੀਆਂ ਨੇ ਯਦਵੰਦਰ ਜੀ ਵਿੱਕੀ ਦੇ ਕਤਲ ਹੋਏ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪੁਲਿਸ ਕਿਹੜੀਆਂ ਕਿਹੜੀਆਂ ਥਿਉਰੀਸ ਤੇ ਕੰਮ ਕਰ ਰਹੀ ਹੈ ਤੇ ਕਿਹਾ ਇਹ ਵੀ ਜਾ ਰਿਹਾ ਕਿ ਗਾਇਕਾਂ ਦੇ ਨਾਲ ਵੀ ਕੋਈ ਐਂਗਲ ਜੁੜ ਰਿਹਾ ਉਹ ਕਿਹੜਾ ਐਂਗਲ ਹੈ ਦੇਖੋ ਇੱਕ ਤਾਂ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਕੈਂਡਲ ਮਾਰਚ ਵੀ ਹੋਇਆ ਇਨਸਾਫ ਦੇ ਲਈ ਯਾਨੀ ਇੱਕ ਮਹੀਨੇ ਬਾਅਦ ਵੀ ਨਹੀਂ ਪਤਾ ਲੱਗਿਆ ਕਿ ਵਿੱਕੀ ਮਿੱਡੂ ਖੇੜੇ ਦਾ ਕਤਲ ਕਿਸ ਨੇ ਕੀਤਾ ਬਹੁਤ ਸਾਰੀਆਂ ਥਿਉਰੀਆਂ ਦੇ ਉੱਤੇ ਪੁਲਿਸ ਕੰਮ ਕਰ ਰਹੀ ਆਪਾਂ ਸਾਰੀਆਂ ਦੇ ਉੱਤੇ ਗੱਲ ਕਰਦੇ ਆਂ ਵਾਰ-ਵਾਰ ਪਰ ਇੱਕ ਥਿਉਰੀ ਇੱਕ ਨਵੀਂ ਵੀ ਸਾਹਮਣੇ ਆ ਰਹੀ ਹੈ ਜਿਦੇ ਵੱਲ ਪੁਲਿਸ ਦੇਖ ਰਹੀ ਹੈਗੀ ਗਾਇਕਾਂ ਦਾ ਐਂਗਲ ਵੀ ਸਾਹਮਣੇ ਆ ਰਿਹਾ ਹੈਗਾ ਕਿ ਗਾਇਕਾਂ ਨਾਲ ਜਿਹੜੇ ਰਿਸ਼ਤੇ ਨੇ ਕਿਉਂਕਿ ਇੰਡਸਟਰੀ ਹੁਣ ਇੰਡਸਟਰੀ ਨਹੀਂ ਰਹੀ ਗਾਇਕ ਹੁਣ ਗਾਇਕ ਨਹੀਂ ਰਹਿ ਗਾਇਕਾਂ ਦੇ ਨਾਲ ਬਹੁਤ ਸਾਰੀਆਂ ਇੰਡਸਟਰੀਆਂ ਜੁੜੀਆਂ ਹੋਈਆਂ ਨੇ ਜੀ ਗਾਇਕ ਹੁਣ ਸਿਰਫ ਗਾਇਕ ਨਹੀਂ ਜਿਵੇਂ ਆਪਾਂ ਉਹਨੂੰ ਇੱਕ ਚਿਹਰੇ ਦੇ ਤੌਰ ਤੇ ਦੇਖਦੇ ਆਂ ਔਰ ਐਸਐਸਪੀ ਚੰਡੀਗੜ੍ਹ ਨੇ ਇਹ ਗੱਲ ਪੂ ਪੰਜਾਬ ਟੀਵੀ ਨਾਲ ਗੱਲਬਾਤ ਕਰਦੇ ਆ ਕਿਹਾ ਸੀ ਕਿ ਕਈ ਗਾਇਕਾਂ ਦੇ ਗੈਂਗਸਟਰਾਂ ਦੇ ਨਾਲ ਰਿਸ਼ਤੇ ਨੇ ਚਾਲ ਹੋ ਰਾਂ ਨੇ ਇਹ ਗੱਲ ਸਾਡੇ ਕੋਲੇ ਔਨ ਰਿਕਾਰਡ ਕਹੀ ਸੀਗੀ ਤਾਂ ਇਸ ਐਂਗਲ ਦੇ ਉੱਤੇ ਵੀ ਪੁਲਿਸ ਜਾਂਚ ਕਰ ਰਹੀ ਹੈਗੀ ਕਿ ਗਾਇਕਾਂ ਨੂੰ ਲੈ ਕੇ ਵਿੱਕੀ ਦੇ ਵੀ ਰਿਸ਼ਤੇ ਸੀ ਔਰ ਬਹੁਤ ਸਾਰੇ ਗੈਂਗਸਟਰਾਂ ਦੇ ਮੰਨਿਆ ਜਾਂਦਾ ਵੱਖ-ਵੱਖ ਗਾਇਕ ਵੱਖ-ਵੱਖ ਗੈਂਗਸਟਰਾਂ ਦੇ ਨਾਲ ਇੱਕ ਸਮੇਂ ਤੇ ਇੰਟੈਕਟ ਰਹੇ ਨੇ ਜਾਂ ਹੁਣ ਵੀ ਨੇ ਜਾਂ ਪਹਿਲਾਂ ਸੀ ਉਸ ਮਸਲੇ 'ਚ ਵੀ ਜਾਂਚ ਹੋ ਰਹੀ ਆ ਉਹਦਾ ਐਂਗਲੇ ਨਿਕਲ ਕੇ ਆ ਰਿਹਾ ਕਿ ਇਹ ਗਾਇਕਾਂ ਦਾ ਜਿਹੜਾ ਇੱਕ ਗਰੁੱਪ ਹੁੰਦਾਗਾ ਕਿ ਵੱਡਾ ਗਰੁੱਪ ਕਿਸ ਕੋਲੇ ਹੋਵੇਗਾ ਕਿਸ ਦੇ ਪ੍ਰਭਾਵ ਚ ਹੋਏਗਾ ਜਿਵੇਂ ਆਪਾਂ ਪਹਿਲਾਂ ਖਬਰ ਆਈ ਸੀ ਕਿ ਟੂਰਨਾਮੈਂਟਾਂ ਦੇ ਉੱਤੇ ਗੈਂਗਸਟਰਾਂ ਦੇ ਕਬਜ਼ੇ ਹੋ ਗਏ ਟੂਰਨਾਮੈਂਟ ਉਹਨਾਂ ਦੇ ਮੁਤਾਬਕ ਚੱਲਦੇ ਨੇ ਕਬੱਡੀ ਦੇ ਟੂਰਨਾਮੈਂਟ ਉਹ ਆਪਣੇ ਮੁਤਾਬਕ ਕਰਾਉਂਦੇ ਨੇ ਆਪਣੇ ਧੜਿਆਂ ਮੁਤਾਬਕ ਕਰਾਉਂਦੇ ਨੇ ਉਸੇ ਤਰੀਕੇ ਦੇ ਨਾਲ ਗਾਇਕ ਵੀ ਬਹੁਤ ਸਾਰੇ ਉਹਨਾਂ ਮੁਤਾਬਕ ਚੱਲਦੇ ਨੇ ਜਾਂ ਗਾਇਕਾਂ ਨੂੰ ਉਹਨਾਂ ਤੱਕ ਲੋੜਾ ਉਹਨਾਂ ਨੂੰ ਗਾਇਕਾਂ ਤੱਕ ਲੋੜਾ ਇਹ ਐਂਗਲ ਤੇ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਨਹੀਂ ਕੀ ਫਾਈਨਲੀ ਗੱਲ ਉੱਥੇ ਜਾ ਕੇ ਜੁੜਨੀ ਆ ਜਾਂ ਨਹੀਂ ਜੁੜਨੀ ਪਰ ਇਸ ਐਂਗਲ ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਚੰਡੀਗੜ੍ਹ ਦੇ ਅੰਦਰ ਬਹੁਤ ਸਾਰੀਆਂ ਬਿਲਡਿੰਗਾਂ ਨੇ ਬਹੁਤ ਸਾਰੀਆਂ ਸੁਸਾਇਟੀਆਂ ਨੇ ਜਾਂ ਕਹਿ ਦਈਏ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਬਹੁਤ ਸਾਰੇ ਗਾਇਕ ਰਹਿੰਦੇ ਨੇ ਉਹਨਾਂ ਥਾਵਾਂ ਤੇ ਇੱਕ ਕਬਜ਼ੇ ਦੀ ਲੜਾਈ ਵੀ ਮੰਨੀ ਜਾ ਰਹੀ ਹੈ ਕਿ ਕਿਹਦੇ ਨਾਲ ਕਿੰਨੇ ਗੈਂਗਸਟਰ ਕਿਹਦੇ ਨਾਲ ਕਿੰਨੇ ਗਾਇਕ ਜੀ ਕਿਹੜੇ ਗੈਂਗਸਟਰ ਦੇ ਨਾਲ ਕਿਹੜੇ ਗਾਇਕ ਦਾ ਕਨੈਕਸ਼ਨ ਜੁੜਦਾ ਕਿਹੜੇ ਗਾਇਕਾਂ ਤੇ ਕਿਹੜੇ ਗਰੁੱਪ ਦਾ ਪ੍ਰਭਾਵ ਆ ਇਹਦੇ 'ਚ ਕੋਈ ਦੂਰ ਹੈ ਨਹੀਂ ਸੀ ਕਿ ਵਿੱਕੀ ਦੇ ਨੇੜੇ ਬਹੁਤ ਸਾਰਾ ਇਸ ਤਰ੍ਹਾਂ ਦਾ ਗਰੁੱਪ ਸੀ ਜਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਵੀ ਸੀਗੇ ਜਿਹੜੇ ਨਵੇਂ ਆ ਰਹੇ ਸੀਗੇ ਉਹ ਵੀ ਵਿੱਕੀ ਦੇ ਇਨ ਟੱਚ ਸੀਗੇ ਉਸ ਐਂਗਲ ਤੇ ਜਾਂਚ ਹੋ ਰਹੀ ਹੈ ਨਹੀਂ ਕਿ ਉਸ ਐਂਗਲ ਤੱਕ ਪਹੁੰਚ ਗਈ ਪੁਲਿਸ ਨੇ ਕਿਸੇ ਨੂੰ ਆਈਡੈਂਟੀਫਾਈ ਕਰ ਲਿਆ ਉਸ ਐਂਗਲ ਦੇ ਉੱਤੇ ਵੀ ਪੁਲਿਸ ਜਾਂਚ ਕਰ ਰਹੀ ਹੈ ਕਿ ਕਿਤੇ ਕੋਈ ਇਹ ਐਂਗਲ ਤਾਂ ਨਹੀਂ ਜੁੜਦਾ ਕਿਤੇ ਚੰਡੀਗੜ੍ਹ ਦੀ ਕਿਸੇ ਵੱਡੀ ਬਿਲਡਿੰਗ ਦੀ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਬਿਲਡਿੰਗ ਚੋਂ ਤਾਂ ਨਹੀਂ ਕੋਈ ਬੰਦਾ ਨਿਕਲੇ ਆਏਗਾ ਜਿਨੇ ਰੰਜਿਸ਼ ਚੋਂ ਇਸ ਤਰੀਕੇ ਨਾਲ ਕੋਈ ਚੀਜ਼ ਕਰਵਾਤੀ ਹੋਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਕੰਮ ਹੋ ਰਿਹਾ ਕੀ ਕੌਣ ਕਿਉਂ ਨਹੀਂ ਇਹ ਗੱਲ ਮਤਲਬ ਪਤਾ ਲੱਗ ਰਹੀ ਕਿ ਕੀ ਹੈ ਤਾਂ ਗਾਇਕਾਂ ਦੇ ਜਿਵੇਂ ਮੈਂ ਕਹਿ ਰਿਹਾ ਕਿ ਪਹਿਲਾਂ ਗਾਇ ਗਾਇਕ ਹੁੰਦੇ ਸੀ ਇੱਕ ਟੇਪ ਕੱਟਦੇ ਸੀ ਗਾਇਕ ਕਰਦੇ ਉਸ ਤੋਂ ਬਾਅਦ ਹੁਣ ਗਾਇਕ ਜਦੋਂ ਖਾੜੇ ਲਾ ਰਹੇ ਨੇ ਗਾਇਕਾਂ ਦੇ ਗੀਤਾਂ ਚ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਉਸ ਤੋਂ ਬਾਅਦ ਗਰੁੱਪ ਬਣ ਗਏ ਗਾਇਕਾਂ ਦੇ ਵੀ ਕੋਈ ਗਾਇਕ ਕਿਸੇ ਨਾਲ ਇਨ ਟੱਚ ਆ ਕੋਈ ਕਿਸੇ ਨਾਲ ਇਨ ਟੱਚ ਆ ਇਹ ਨਹੀਂ ਕਿੜੇ ਵਿੱਕੀ ਨਾਲ ਇਨ ਟੱਚ ਨੇ ਸਵਾਲ ਇਹ ਹੈ ਕਿ ਇੱਕ ਦੂਜਾ ਗਰੁੱਪਾਂ ਮਤਲਬ ਉਹਨੂੰ ਲੱਗਦਾ ਕਿ ਵਿੱਕੀ ਨਾਲ ਜ਼ਿਆਦਾ ਇਨ ਟੱਚ ਨੇ ਵਿੱਕੀ ਦਾ ਘੇਰਾ ਜ਼ਿਆਦਾ ਵੱਡਾ ਹੋ ਗਿਆ ਕੋਈ ਦੂਜਾ ਬੰਦਾ ਉਹ ਵੀ ਆਪਣਾ ਘੇਰਾ ਵੱਡਾ ਕਰਨਾ ਚਾਹੁੰਦਾ ਉਹ ਆਪਣੇ ਨਾਲ ਗਾਇਕਾਂ ਨੂੰ ਜੋੜਨਾ ਚਾਹੁੰਦਾ ਕਿਉਂਕਿ ਗਾਇਕਾਂ ਦੇ ਨਾਲ ਜੇ ਮੈਂ ਕਹਿ ਰਿਹਾ ਸਿਰਫ ਗਾਇਕ ਇੰਡਸਟਰੀ ਨਹੀਂ ਜੁੜੀ ਹੋਈ ਸਿਰਫ ਸਿੰਗਿੰਗ ਇੰਡਸਟਰੀ ਨਹੀਂ ਆ ਬਹੁਤ ਸਾਰੀਆਂ ਇੰਡਸਟਰੀਆਂ ਨੇ ਇੰਡਸਟਰੀਆਂ ਦਾ ਜ਼ਿਕਰ ਹੋ ਸਕਦਾ ਉਹਨਾਂ ਵਾਲੇ ਸਮੇਂ ਚੋਬੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਅੰਦਰ ਅਗਰ ਚੀਜ਼ਾਂ ਆਉਂਦੀਆਂ ਨੇ ਬਹੁਤ ਸਾਰੀਆਂ ਇੰਡਸਟਰੀਆਂ ਉਹਨਾਂ ਨਾਲ ਜੁੜ ਚੁੱਕੀਆਂ ਨੇ ਜਿੰਨਾ ਚੋ ਪੂਰੇ ਦਾ ਪੂਰਾ ਗਾਣਾ ਸ਼ੂਟ ਹੋਣਾ ਉਹਦੇ ਚ ਮਾਡਲਸ ਨੇ ਉਹਦੇ ਚ ਬਹੁਤ ਸਾਰਾ ਕੁਝ ਪੂਰੀਆਂ ਕਹਾਣੀਆਂ ਨੇ ਤਾਂ ਇਹ ਸਾਰੇ ਐਂਗਲਾਂ ਦੇ ਉੱਤੇ ਜਾਂਚ ਹੋ ਰਹੀ ਹੈ ਕਿਤੇ ਕੋਈ ਇਸ ਤਰ੍ਹਾਂ ਦਾ ਐਂਗਲ ਤਾਂ ਨਹੀਂ ਸੀ ਕਿਤੇ ਕੋਈ ਇਸ ਤਰ੍ਹਾਂ ਦੀ ਗਲਤੀ ਤਾਂ ਨਹੀਂ ਸੀ ਕਿ ਵਿੱਕੀ ਦੇ ਜਿਸ ਤਰ੍ਹਾਂ ਦੇ ਰਿਸ਼ਤੇ ਸੀ ਕਿ ਕਿਤੇ ਕੋਈ ਇਹ ਸਰੰਜਸ਼ ਨੂੰ ਕਤਲ ਕਰਵਾਇਆ ਗਿਆ ਹੋਵੇ ਪੁਲਿਸ ਇਸ ਤਰ੍ਹਾਂ ਦੀ ਥਿਊਰੀ ਦੇ ਉੱਤੇ ਵੀ ਕੰਮ ਕਰ ਰਹੀ ਹੈਗੀ ਸਾਡੇ ਸੋਰਸ ਦੱਸਦੇ ਨੇ ਇਹ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਥਿਊਰੀਆਂ ਦੇ ਉੱਤੇ ਕੰਮ ਹੋ ਰਿਹਾਗਾ ਤਾਂ ਉਹ ਕਿੱਧਰ ਨੂੰ ਜਾਂਦੀ ਹੈ ਜੇ ਮੈਂ ਕਹਿ ਰਿਹਾਗਾ ਕਿ ਫਾਈਨਲ ਨਹੀਂ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹੀ ਐਂਗਲ ਹੋ ਸਕਦਾ ਜਮਾਗੇ ਡਿਸਕਸ ਕਰਦੇ ਆਪਾਂ ਕਿਹੜੇ ਕਿਹੜੇ ਹੋਰ ਐਂਗਲਾਂ ਦੇ ਉੱਤੇ ਜਾਂਚ ਹੋ ਰਹੀ ਹੈਗੀ ਪਰ ਇਹ ਐਂਗਲ ਦੇ ਉੱਤੇ ਵੀ ਪੁਲਿਸ ਜਾਂਚ ਕਰ ਰਹੀ ਹੈ ਕਿਤੇ ਕੋਈ ਇਸ ਤਰ੍ਹਾਂ ਦੀ ਰੋਇਲਰੀ ਤਾਂ ਨਹੀਂ ਸੀ ਕਿਤੇ ਵਿੱਕੀ ਦੀ ਜਿੰਨੀ ਚੜਾਈ ਸੀ ਜੀ ਦੇਖੋ ਵਿੱਕੀ ਦੀ ਤੂਤੀ ਬੋਲਦੀ ਸੀ ਜ ਕੋਈ ਦੋ ਰਹਿ ਨਹੀਂ ਤੂਤੀ ਦਾ ਮਤਲਬ ਬਹੁਤ ਸਾਰੇ ਇਸ ਤਰ੍ਹਾਂ ਦੇ ਪਾਵਰਫੁੱਲ ਸਰਕਲਾਂ ਦੇ ਅੰਦਰ ਉਹ ਸੈਲੀਬ੍ਰੇਟ ਹੁੰਦਾ ਸੀਗਾ ਜਿਹੜੀਆਂ ਪੇਜ 3 ਪਾਰਟੀਆਂ ਆਪਾਂ ਕਹਿਦੀਏ ਪੇਜ 3 ਪਾਰਟੀਆਂ ਦਾ ਹਿੱਸਾ ਸੀ ਵਿੱਕੀ ਪੇਜ 3 ਲੋਕ ਵਿੱਕੀ ਦੇ ਨਾਲ ਇਨ ਟੱਚ ਸੀਗੇ ਤਾਂ ਕਿਤੇ ਪੇਜ 3 ਲੋਕਾਂ ਚੋਂ ਤਾਂ ਨਹੀਂ ਕਿਸੇ ਨੇ ਖੁੰਧ ਖਾਦੀ ਕਿਤੇ ਪੇਜ 3 ਤੇ ਰਹਿਣ ਵਾਲੇ ਲੋਕਾਂ ਤੋਂ ਕੋਈ ਪਿੱਛੇ ਤਾਂ ਨਹੀਂ ਹੈਗਾ ਜੀ ਕਿਤੇ ਕੋਈ ਇਸ ਤਰ੍ਹਾਂ ਦੀ ਜਿਹੜਾ ਜਿਹਨੂੰ ਲੱਗਦਾ ਹੋਵੇ ਕਿ ਹਾਂ ਵਾਕਈ ਮੈਨੂੰ ਆ ਲੱਗਦਾ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੇ ਬਹੁਤ ਸਾਰੇ ਨਾਮ ਖੰਗਾ ਲਏ ਨੇ ਪੁਲਿਸ ਪਿਛਲੀਆਂ ਚੀਜ਼ਾਂ ਨੂੰ ਦੇਖ ਰਹੀ ਹੈ ਔਰ ਵਿੱਕੀ ਦੇ ਸਾਰੇ ਰਿਸ਼ਤਿਆਂ ਨੂੰ ਦੇਖ ਰਹੀ ਹੈ ਕਾਲ ਡਿਟੇਲਸ ਨੂੰ ਦੇਖ ਰਹੀ ਹੈ ਕਿੰਨਾ ਕਿੰਨਾ ਨਾਲ ਗੱਲ ਹੋ ਰਹੀ ਹੈ ਕੌਣ ਕਿਹਦੇ ਇੰਟਰਸ ਸੀ ਕੌਣ ਕਿਹਦੇ ਨਾਲ ਗੱਲ ਕਰ ਰਿਹਾ ਸੀ ਵਿੱਕੀ ਨੂੰ ਲੈ ਕੇ ਕਿਹਦੀ ਪਰਸਪੈਕਸ਼ਨ ਕੀ ਸੀ ਵਿੱਕੀ ਨੂੰ ਲੈ ਕੇ ਕਿਹਦਾ ਕੀ ਰੌਲਾ ਚੱਲਦਾ ਸੀ ਕੌਣ ਵਿੱਕੀ ਨੂੰ ਪਿਆਰ ਕਰਦਾ ਸੀ ਕੌਣ ਨਫ਼ਰਤ ਕਰਦਾ ਸੀ ਇਹ ਸਾਰੀਆਂ तमाम ਗੱਲਾਂ ਦੇ ਉੱਤੇ ਚਰਚਾ ਹੋ ਰਹੀ ਹੈਗੀ ਕੀ ਕਿਸੇ ਦੂਜੇ ਗਰੁੱਪ ਨੇ ਕਿਸੇ ਦੂਜੇ ਦਾ ਨੁਕਸਾਨ ਤਾਂ ਨਹੀਂ ਕੀਤਾ ਗਰੁੱਪੀਜ਼ਮ ਦੀ ਲੜਾਈ ਚੋਂ ਤਾਂ ਨਹੀਂ ਵਿੱਕੀ ਮਾਰਿਆ ਗਿਆ ਇਸ ਤਰ੍ਹਾਂ ਦੀ ਗੱਲ ਪੁਲਿਸ ਦੇ ਧਿਆਨ ਚਾ ਤੇ ਪੁਲਿਸ ਇਸ ਤਰ੍ਹਾਂ ਦੇ ਐਂਗਲਾਂ ਦੇ ਉੱਤੇ ਕੰਮ ਕਰ ਰਹੀ ਹੈ ਉਹ ਇਨਵੈਸਟੀਗੇਸ਼ਨ ਹੁਣ ਜਿਹੜਾ ਵੀ ਕੋਈ ਅਸਲ ਚ ਰੀਅਲ ਪੁਆਇੰਟ ਹੁੰਦਾ ਜਿਹੜਾ ਪੁਲਿਸ ਨੂੰ ਜਦੋਂ ਮਿਲ ਗਿਆ ਜਿਹੜਾ ਕੇਂਦਰ ਬਿੰਦੂ ਮਿਲ ਗਿਆ ਜਦੋਂ ਪੁਲਿਸ ਨੂੰ ਫਿਰ ਪੁਲਿਸ ਉਧਰ ਨੂੰ ਵਧੇਗੀ ਪੁਲਿਸ ਦੇ ਹਮੇਸ਼ਾ ਇਨਵੈਸਟੀਗੇਸ਼ਨ ਕਰਨ ਦੇ ਤਰੀਕੇ ਬਹੁਤ ਸਾਰੇ ਹੁੰਦੇ ਨੇ ਉਹ 10 ਤਰ੍ਹਾਂ ਦੇ ਉਹ ਐਂਗਲ ਖੋਲਣਗੇ ਉਹਨਾਂ ਚ ਇੱਕ ਐਂਗਲ ਚ ਜੀ ਜੋ ਲੀਡ ਮਿਲ ਜੂ ਉਹਨਾਂ ਨੂੰ ਇੱਕ ਵੱਡੀ ਲੀਡ ਮਿਲ ਜੂ ਫਿਰ ਉਸ ਲੀਡ ਦੇ ਉੱਤੇ ਕੰਮ ਕਰਦੇ ਆ ਤਾਂ ਉਹ ਲੀਡਾਂ ਲੱਭ ਰਹੇ ਨੇ ਸਾਰੇ ਐਂਗਲਾਂ ਦੇ ਉੱਤੇ ਕੰਮ ਕਰਕੇ ਕਿ ਅਗਰ ਇਸ ਤੋਂ ਲੀਡ ਮਿਲਦੀ ਆ ਤਾਂ ਇਧਰ ਨੂੰ ਵਧਿਆ ਜਾਵੇ ਲੋਕਾਂ ਤੋਂ ਪੁੱਛ ਕੇ ਛੋਵੇ ਪਤਾ ਲੱਗੇ ਕਿ ਅਗਰ ਕੋਈ ਕਹਾਣੀ ਇਸ ਤਰ੍ਹਾਂ ਦੀ ਕਹਾਣੀ ਤਾਂ ਨਹੀਂ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਦਬਾਅ ਵੀ ਆ ਦੇਖੋ ਕੱਲ ਆਪਾਂ ਦੇਖਿਆ ਇਸ ਗੱਲ 'ਚ ਵੀ ਵਿੱਕੀ ਦੀ ਜਿਹੜੀ ਇੱਕ ਉਹ ਸੀਗਾ ਕਿ ਉਹ ਸਟੂਡੈਂਟ ਲੀਡਰ ਰਿਹਾ ਉਹ ਅਕਾਲੀ ਦਲ ਦੇ ਜਦੋਂ ਸਟੂਡੈਂਟ ਲਾਈਫ ਹੁੰਦੀ ਹੈ ਉਦੋਂ ਸਾਰਿਆਂ ਦੀ ਕੱਢ ਕੇ ਦੇਖ ਲਓ ਤੁਸੀਂ ਸਟੂਡੈਂਟ ਲਾਈਫ ਦੇ ਅੰਦਰ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਨੇ ਬਹੁਤ ਸਾਰਾ ਕੁਝ ਹੁੰਦਾ ਕਾਲਜਾਂ ਯੂਨੀਵਰਸਟੀਆਂ 'ਚ ਹੁੰਦਾਗਾ ਔਰ ਅੱਜ ਦੀ ਗੱਲ ਨਹੀਂ ਕੇ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਐਂ ਹੁੰਦਾ ਆਇਆਗਾ ਪਰ ਇੱਕ ਗੱਲ ਸੀ ਉਹਨੇ ਜਦੋਂ ਉਹ ਅੱਗੇ ਪੋਲਿਟਿਕਸ ਵੱਧ ਰਿਹਾ ਸੀ ਉਸ ਤੋਂ ਬਾਅਦ ਉਹਦੇ ਤਮਾਮ ਤਰ੍ਹਾਂ ਦੇ ਲੋਕਾਂ ਨਾਲ ਹੀ ਰਿਸ਼ਤੇ ਸੀਗੇ ਔਰ ਉਹਦੀ ਝਲਕ ਤੁਹਾਨੂੰ ਕੱਲ ਪੰਜਾਬ ਯੂਨੀਵਰਸਿਟੀ 'ਚੋਂ ਨਜ਼ਰ ਆਈ ਪਰਸੋਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਿਸ ਤਰੀਕੇ ਦੇ ਨਾਲ ਇਕੱਠ ਹੋਇਆ ਔਰ ਸਾਰੀਆਂ ਤਰ੍ਹਾਂ ਦਾ ਇੱਕ ਧਿਰ ਨਹੀਂ ਕਾਂ ਆਪ ਦੇ ਲੀਡਰ ਵੀ ਇੰਡੀਪੈਂਡੈਂਟ ਵੀ ਵੱਡੇ ਵਕੀਲ ਜੀ ਸਾਰੇ ਵੱਡੇ ਲੋਕ ਯਾਨੀ ਮੈਂ ਕਹਾ ਵੱਡੇ ਚਿਹਰੇ ਯੂਨੀਵਰਸਿਟੀ ਨਾਲ ਜੁੜੇ ਹੋਏ ਪੋਲਿਟਿਕਸ ਨਾਲ ਜੁੜੇ ਹੋਏ ਔਰ ਬਿਯੌਂਡ ਦੀ ਪਾਰਟੀ ਲਾਈਨ ਇਹ ਬਹੁਤ ਥੋੜੇ ਲੋਕਾਂ ਲਈ ਹੁੰਦਾ ਬਿਯੌਂਡ ਦੀ ਪਾਰਟੀ ਲਾਈਨ ਇੱਕ ਵਾਰ ਬੰਦਾ ਭੋਗ ਤੇ ਚਲਾ ਜਾਂਦਾ ਭੋਗ ਤੋਂ ਬਾਅਦ ਇਹ ਨਹੀਂ ਹੁੰਦਾ ਕਿ ਕੈਂਡਲ ਮਾਰਚ ਹੋ ਰਿਹਾ ਬਿਯੌਂਡ ਦੀ ਪਾਰਟੀ ਲਾਈਨ ਲੋਕ ਆਏ ਹੋਏ ਸੀਗੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਾਂਚ ਹੋ ਰਹੀ ਹੈ ਕਿ ਜਿਹੜਾ ਉਹਦਾ ਸਰਕਲ ਸੀ ਜਿਹੜੀ ਉਹਦੀ ਜਿੱਥੇ ਜਿੱਥੇ ਵਿੱਕੀ ਦਾ ਕੋਈ ਕੰਮ ਸੀ ਜਿੱਥੇ ਜਿੱਥੇ ਵਿੱਕੀ ਦੇ ਰਿਸ਼ਤੇ ਸੀ ਜਿਹੜੀ ਇੰਡਸਟਰੀ ਦੇ ਨਾਲ ਉਹਦਾ ਉਹ ਸੀ ਲਿੰਕ ਸੀਗਾ ਉਹ ਸਾਰੇ ਲਿੰਕਾਂ ਦੀਆਂ ਲੀਡਾਂ ਲੱਭਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਵਿੱਕੀ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਜੇਲ੍ਹਾਂ ਦੇ ਵਿੱਚ ਬੈਠਾਂ ਦੇ ਕੋਲੋਂ ਵੀ ਪੁੱਛਗਿੱਛ ਹੋ ਰਹੀ ਹੈ ਦੇਖੋ ਜਿਹੜਾ ਸਾਨੂੰ ਪਤਾ ਲੱਗਾ ਜਿਹੜੇ ਸਾਡੇ ਸੋਰਸ ਦੱਸ ਰਹੇ ਨੇ ਜਿੰਨੇ ਹਿਸਟਰੀ ਸ਼ੀਟਰ ਸੀ ਹਿਸਟਰੀ ਸ਼ੀਟਰ ਕੌਣ ਹੁੰਦੇ ਨੇ ਯਾਨੀ ਜਿਨ੍ਹਾਂ ਦੀ ਇੱਕ ਪੂਰੀ ਸ਼ੀਟ ਬਣੀ ਹੁੰਦੀ ਹੈ ਉਹਨਾਂ ਦੇ ਇਤਿਹਾਸ ਦੀ ਵੀ ਇਹਨਾਂ ਨੇ ਕੀ ਕੀ ਕੀਤਾਗਾ ਜਿੰਨੇ ਉਹ ਜੇਲ੍ਹਾਂ 'ਚ ਬੰਦ ਨੇ ਉਹਨਾਂ ਸਾਰਿਆਂ ਨੂੰ ਦਿਖਾਈਆਂ ਗਈਆਂ ਨੇ ਫੋਟੋਆਂ ਜਿਨ੍ਹਾਂ ਨੇ ਆ ਕੇ ਕਤਲ ਕੀਤਾ ਸਭ ਤੋਂ ਵੱਡਾ ਚੈਲੰਜ ਪੁਲਿਸ ਲਈ ਕੀ ਬਣਿਆ ਹੋਇਆ ਕਿ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਦੀ ਪਛਾਣ ਨਹੀਂ ਹੋ ਰਹੀ ਔਰ ਬਹੁਤੇ ਲੋਕ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਕੇ ਕਹਿ ਰਹੇ ਨੇ ਕੁਝ ਅਫਸਰਾਂ ਨਾਲ ਸਾਡੀ ਗੱਲ ਹੋਈ ਕਿ ਉਹ ਪੰਜਾਬੀ ਨਹੀਂ ਲੱਗਦੇ ਬਾਡੀ ਲੈਂਗੁਏਜ ਤੋਂ ਦੇਖਣ ਨੂੰ ਜੀ ਬਾਡੀ ਲੈਂਗੁਏਜ ਤੋਂ ਉਹ ਪੰਜਾਬੀ ਨਹੀਂ ਲੱਗ ਰਹੇ ਯਾਨੀ ਕਿ ਸਿਦਾ ਪਹਾੜੇ ਦਾ ਕਤਲ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਤੁਸੀਂ ਕਿਸੇ ਨੂੰ ਸਪਾਰੀ ਦਿੱਤੀ ਵਿੱਕੀ ਦੀ ਉਹ ਆ ਕੇ ਕਤਲ ਕਰ ਗਿਆ ਇਸੇ ਕਰਕੇ ਦਾ ਲਿੰਕ ਬਾਕੀ ਇੰਡਸਟਰੀਆਂ ਨਾਲ ਵੀ ਜੋੜਿਆ ਜਾ ਰਿਹਾ ਕਿਤੇ ਕਿਸੇ ਨੇ ਬੈਠੇ ਬਿਠਾਏ ਨੇ ਵਿੱਕੀ ਦਾ ਕਤਲ ਤਾਂ ਨਹੀਂ ਕਰਵਾਤਾ ਜਿਹੜਾ ਉਹਦੇ ਨਾਲ ਖੁੰਧਾ ਖਾਂਦਾ ਹੋਵੇ ਜਿਹੜਾ ਉਹਨੂੰ ਨਾ ਜਰਦਾ ਹੋਵੇ ਇਸ ਤਰ੍ਹਾਂ ਦੀ ਗੱਲ ਆ ਰਹੀ ਹੈਗੀ ਦੂਜੀ ਗੱਲ ਜਿਹੜੀ ਹੋ ਰਹੀ ਹੈਗੀ ਉਹਦੇ ਚ ਜਿੰਨੇ ਜੇਲ੍ਹਾਂ ਚ ਵੱਡੇ ਗੈਂਗਸਟਰ ਨੇ ਜਿੰਨੇ ਜੇਲ੍ਹਾਂ ਦੇ ਅੰਦਰ ਹਿਸਟਰੀ ਸੀਟਰ ਨੇ ਜਿੰਨੇ ਵੀ ਜਿਹੜਾ ਹਾਰਡ ਕੋਰ ਕ੍ਰਾਈਮ ਨਾਲ ਜੁੜੇ ਹੋਏ ਨੇ ਉਹਨਾਂ ਹਾਰਡ ਕੋਰ ਕ੍ਰਿਮੀਨਲ ਲੋਕਾਂ ਤੋਂ ਪੁੱਛਗਿੱਛ ਵੀ ਹੋ ਰਹੀ ਹੈ ਉਹਨਾਂ ਨੂੰ ਫੋਟੋਆਂ ਵੀ ਦਿਖਾਈਆਂ ਗਈਆਂ ਨੇ ਕਿ ਤੁਸੀਂ ਇਹਨਾਂ ਨੂੰ ਪਛਾਣਦੇ ਹੋ ਉਹਨਾਂ ਤੋਂ ਵੀ ਬਾਕੀ ਲਿੰਕਾਂ ਤੇ ਲੀਡਸ ਲੱਭਣ ਦੀ ਕੋਸ਼ਿਸ਼ ਪੁਲਿਸ ਕਰ ਰਹੀਏਗੀ ਤਾਂ ਬਹੁਤ ਸਾਰੀ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਹੋਈ ਹੈਗੀ ਕਿ ਪਤਾ ਲੱਗੇ ਕਿ ਅਸਲ ਚ ਵਿੱਕੀ ਦਾ ਕਤਲ ਕਿਸ ਨੇ ਕਰਵਾਇਆਗਾ ਪੁਲਿਸ ਇੱਕ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਉਹਦੇ ਚ ਜਿੰਨੀਆਂ ਜੇਲ੍ਹਾਂ ਸੀ ਜੇਲ੍ਹਾਂ ਦੇ ਵੀ ਜੇਲ੍ਹਾਂ ਤੋਂ ਬਿਨਾ ਬਹੁਤ ਸਾਰੇ ਲੋਕ ਜਿਹੜੇ ਕਦੇ ਸਰਗਰਮ ਰਹੇ ਹੁਣ ਸਰਗਰਮ ਨਹੀਂ ਆ ਕੁਝ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਪਹਿਲਾਂ ਸਰਗਰਮ ਹੁੰਦੇ ਨੇ ਮੇਨਸਟ੍ਰੀਮ 'ਚ ਆ ਜਾਂਦੇ ਨੇ ਬਹੁਤ ਸਾਰੇ ਗੈਂਗਸਟਰ ਆਪਾਂ ਦੇਖਿਆ ਮੇਨਸਟ੍ਰੀਮ ਦਾ ਹਿੱਸਾ ਬਣੇ ਨੇ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਮੁਖਬਰ ਵੀ ਹੁੰਦੇ ਆ ਪੁਲਿਸ ਦੇ ਉਹਨਾਂ ਤੋਂ ਵੀ ਮੁਖਬਰਾਂ ਤੋਂ ਵੀ ਅ ਬਕਾਇਦਾ ਤੌਰ ਤੇ ਸਾਰੀ ਜਾਣਕਾਰੀ ਲਈ ਜਾ ਰਹੀ ਹੈ ਸਾਡੇ ਸੋਰਸ ਦੱਸਦੇ ਆ ਕਿ ਜਿੰਨਾ ਵੀ ਇਸ ਐਂਗਲ ਦੇ ਨਾਲ ਜੁੜੇ ਹੋਏ ਲੋਕ ਪੁਲਿਸ ਨੂੰ ਲੱਗਦੇ ਸੀ ਕਿ ਜਿਨ੍ਹਾਂ ਨੂੰ ਵੀ ਫੋਟੋਆਂ ਦਿਖਾਈਆਂ ਜਾ ਸਕਦੀਆਂ ਨੇ ਸੀਸੀਟੀਵੀ ਫੁਟੇਜ ਦਿਖਾਈ ਜਾ ਸਕਦੀ ਹੈ ਉਹਨਾਂ ਸਾਰਿਆਂ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਪੁੱਛਗਿੱਛ ਜਿਹੜੀ ਉਹ ਕੀਤੀ ਗਈ ਆ ਉਹਨਾਂ ਸਾਰਿਆਂ ਤੋਂ ਕਨਫਰਮ ਕੀਤਾ ਗਿਆਗਾ ਇਸ ਕਰਕੇ ਚਾਹੇ ਜੇਲ੍ਹਾਂ ਦਾ ਮਸਲਾ ਹੀ ਨਹੀਂ ਆ ਜਿੰਨਾ ਵੀ ਇਸ ਮਸਲੇ ਦੇ ਅੰਦਰ ਕਿਤੇ ਪੁਲਿਸ ਨੂੰ ਛੋਟੀ ਜਿਹੀ ਵੀ ਲੀਡ ਮਿਲੀਏਗੀ ਉਹ ਛੋਟੀ ਜਿਹੀ ਲੀਡ ਦੇ ਉੱਤੇ ਪੁਲਿਸ ਨੇ ਕੰਮ ਕੀਤਾ ਅਨਵੈਸਟੀਗੇਸ਼ਨ ਕੀਤੀ ਹੈ ਜਾਂਚ ਕੀਤੀ ਹੈ ਤਾਂ ਕਿ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਪਰ ਸਭ ਤੋਂ ਔਖਾ ਸਵਾਲ ਇਹੀ ਬਣਿਆ ਪਿਆ ਦੇਖੋ ਪਰਿਵਾਰ ਨੇ ਵੀ ਕੱਲ ਬਹੁਤ ਔਖਾ ਹੁੰਦਾ ਜਾਣ ਵਾਲਾ ਚਲਾ ਗਿਆ ਉਹ ਵਾਪਸ ਨਹੀਂ ਆਣਾਗਾ ਜਿਵੇਂ ਅਜੀਪਾਲ ਉਹਦੇ ਭਰਾ ਨੇ ਕਿਹਾ ਸੀ ਵਿਕੀ ਦੇ ਨੇ ਬਹੁਤ ਦੁੱਖ ਦੀ ਘੜੀ ਸੀ ਉਹਨਾਂ ਦੇ ਲਈ ਤੇ ਪਰ ਇਨਸਾਫ ਆ ਜਿਹੜਾ ਘਟੂ ਘਟੂ ਹੋਣਾ ਚਾਹੀਦਾ ਕੀ ਕੌਣ ਇਹਦੇ ਪਿੱਛੇ ਸੀ